ਧੰਨਵਾਦ ਹੈ ਜੀ, ਸਾਰਿਆਂ ਨੇ ਆਪਣਾ ਕੀਮਤੀ ਟਾਈਮ ਕੱਢਿਆ। ਦਿੱਲੀ ਸਾਹਿਬ ਲਈ ਮੈਂ ਪਹਿਲੀ ਵਾਰੀ ਦਰਸ਼ਨ ਕੀਤੇ ਆ, ਨਾਮ ਇਹਨਾਂ ਦਾ ਮੈਂ ਬੜਾ ਸੁਣਿਆ ਸੀ, ਆਪਣੇ ਪਹਿਲੀ ਵਾਰੀ ਦਰਸ਼ਨ ਕੀਤੇ ਆ ਅਤੇ ਜਦੋਂ ਇਹਨਾਂ ਦਾ ਮੈਨੂੰ ਪਤਾ ਲੱਗਾ ਵੀ BJP ਜੇ ਕਰ ਰਹੇ ਆ, ਕਹਿੰਦਾ ਮੈਨੂੰ ਸਿਰਾ ਵੀ ਇਮਾਨਦਾਰ ਬੰਦੇ ਆ ਵੀ ਚਲੋ ਆਮ ਆਦਮੀ ਪਾਰਟੀ ਜਾਣਗੇ, ਪਰ ਪਤਾ ਨਹੀਂ ਇਹਨਾਂ ਨੂੰ ਜ਼ਿਆਦਾ ਕੋਈ ਗੱਲਾਂ ਦਾ ਪਤਾ ਲੱਗ ਗਿਆ। ਜਿੱਦਾਂ ਪਵਨ ਜੀ ਨੂੰ ਬੁਲਾਉਣ ਲੱਗਾ ਮੈਨੂੰ ਪਤਾ ਲੱਗਾ ਜੀ, ਮੈਂ ਕਿਹਾ ਦੀਨੂ ਸਾਹਿਬ ਕਿੱਧਰ ਚਲੇ, ਕਹਿੰਦੇ ਕਿਤੇ ਨਹੀਂ, ਮੈਂ ਕਿਹਾ ਝਾੜੂ 'ਚ ਚਲੇ, ਕਹਿੰਦੇ ਨਹੀਂ ਨਹੀਂ, ਮੈਂ ਕਿਹਾ ਮੈਂ ਤਾਂ ਭਾਜਪਾ 'ਚ ਚੱਲਾਂ ਰਿੰਕੂ ਸਾਹਿਬ ਦੇ ਨਾਲ, ਤੁਸੀਂ ਝਾੜੂ 'ਚ ਚੱਲੇ, ਉਹ ਕਹਿੰਦਾ ਨਹੀਂ ਨਹੀਂ ਭਾਜਪਾ 'ਚ ਨਹੀਂ ਜਾਣਾ, ਮੈਂ ਕਿਹਾ ਮੈਂ ਤਾਂ ਦੇਖ ਲਿਆ ਤਾਂ ਯਾਰ ਵਾ 6 ਮਹੀਨੇ ਤੁਸੀਂ ਵੀ ਦੇ ਲਓ 6 ਮਹੀਨਾ ਵਾ, ਤੁਸੀਂ ਵੀ ਰਿੰਕੂ ਸਾਹਿਬ ਵਾਂਗੂ ਪਛਤਾਉਣਾ, ਇਸ ਕਰਕੇ ਮੈਂ ਕਿਹਾ ਤੁਸੀਂ ਨਾ ਜਾਓ ਆਮ ਆਦਮੀ ਪਾਰਟੀ ਦੇ ਵਿੱਚ, ਜਿੱਥੇ ਹੈਗੇ ਟਿਕੇ ਰਹੋ ਚੰਗੇ ਰਹੋਗੇ, ਪਰ ਉਹਨਾਂ ਦੀ ਨਹੀਂ ਸਾਡੀ ਗੱਲ ਬਣੀ, ਚਲੋ ਉਹਨਾਂ ਦੀ ਮਰਜ਼ੀ। ਰਾਤ ਆਏ ਸੀ ਸਾਡੇ ਕੋਲ, ਬੜਾ ਜ਼ੋਰ ਲਾਇਆ ਉਹਨਾਂ ਨੇ, ਦੋ ਗੱਡੀਆਂ ਆਈਆਂ ਅਤੇ ਗੁਰਵਿੰਦਰ ਜੀ ਮੈਂ ਕਿਹਾ ਭਾਅ ਜੀ ਮੌਕਾ ਲੰਘ ਗਿਆ, ਅਤੇ ਮੈਂ ਰਿੰਕੂ ਸਾਹਿਬ ਨੂੰ ਹਾਂ ਕਰ ਬੈਠਾ ਵੀ ਮੇਰਾ ਮੌਕਾ ਆ, ਇਸ ਕਰਕੇ ਮੈਂ ਰਿੰਕੂ ਸਾਹਿਬ ਦਾ ਸਾਥ ਪੂਰਾ ਡੱਟ ਕੇ ਦਊਂਗਾ ਜੀ, ਔਰ ਜਿੰਨਾ ਚਿਰ ਜ਼ਿੰਦਗੀ ਆ ਰਿੰਕੂ ਸਾਹਿਬ ਮੈਨੂੰ ਜਿੱਥੇ ਵੀ ਮੇਰੀ ਬਾਂਹ ਫੜਨਗੇ ਮੈਨੂੰ ਫੜਾਉਣਗੇ ਜਿੱਥੇ, ਮੈਂ ਇਹਨਾਂ ਦੇ ਨਾਲ ਸਾਥ ਦਊਂਗਾ ਜੀ। ਸਾਰਿਆਂ ਵੀਰਾਂ ਦਾ ਧੰਨਵਾਦ, ਗੁਰਵੀਰ ਸਿੰਘ ਜੀ ਦਾ ਧੰਨਵਾਦ, ਜੀ ਦਾ ਉਹਨਾਂ ਨੇ ਸਾਨੂੰ ਇਹਨਾਂ ਨੇ ਵੀ ਸਾਨੂੰ ਬਹੁਤ ਜ਼ੋਰ ਲਾਇਆ ਪਹਿਲਾਂ ਨੂੰ, ਤੁਸੀਂ ਇੱਕ ਵਾਰੀ ਆਵਾਜ਼ ਆਪਣੇ ਭਾਜਪਾ ਦੇ ਵਿੱਚ ਆਣ ਕੇ ਦੇਖੋ, ਫਿਰ ਤੁਹਾਨੂੰ ਪਤਾ ਲੱਗੂਗਾ ਪਾਰਟੀ ਦਾ ਕੀ ਕਿੱਦਾਂ ਦੀ ਆ। ਹੁਣ ਅਸੀਂ ਆ ਗਏ ਹਾਂ, ਹੁਣ ਰਿੰਕੂ ਜੀ ਜਾਣ, ਅਤੇ ਅਸੀਂ ਤਾਂ ਹੁਣ ਰਿੰਕੂ ਜੀ ਦੇ ਨਾਲ ਜੋੜ ਰਹੇ ਹਾਂ, ਤੁਹਾਨੂੰ ਸਾਰਿਆਂ ਦਾ ਧੰਨਵਾਦ ਹੈ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਾਰ ਨਰਿੰਦਰ ਮੋਦੀ ਜਿੰਦਾਬਾਦ।